ਮੌਲਿਕ ਫਰਜ਼ੀ ਐਨਓਸੀ ਘੁਟਾਲੇ ਦੀ ਗੱਲ ਕਰਾਂਗੇ। ਇਸ ਪੂਰੇ ਮਾਮਲੇ ਦੇ ਵਿੱਚ ਐਸਆਈਟੀ ਦਾ ਜੋ ਗਠਨ ਕੀਤਾ ਗਿਆ ਤਾਂ ਐਸਆਈਟੀ ਨੇ 4 ਮੁਲਜ਼ਮਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਡੇਰਾਬੱਸੀ ਦੀ ਅਦਾਲਤ ਦੇ ਵਿੱਚ ਐਸਆਈਟੀ ਦੇ ਵੱਲੋਂ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਚਾਰਜਸ਼ੀਟ ਨੂੰ ਲੈ ਕੇ ਐਸਆਈਟੀ ਦੇ ਮੈਂਬਰ ਅਤੇ ਡੇਰਾਬੱਸੀ ਦੇ ਐਸਐਸਪੀ ਦਰਪਣ ਆਹਲੂਵਾਲੀਆ ਨੇ ਵੀ ਇੱਕ ਵੱਡਾ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੇ ਆਪਣੇ ਹੱਕ ਦੇ ਵਿੱਚ ਜ਼ਮੀਨ ਦੀ ਰਜਿਸਟਰੀ ਕਰਨ ਦੇ ਲਈ 70 ਜਾਲੀ ਐਨਓਸੀ ਤਿਆਰ ਕੀਤੇ। ਐਸਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਮੁਲਜ਼ਮ ਜੋ ਮੁੱਖ ਮੁਲਜ਼ਮ ਹੈ ਗੁਲਸ਼ਨ, ਉਸਦੇ ਸਮੇਤ 4 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਮਨੀਸ਼ ਸ਼ੰਕਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਮਨੀਸ਼, ਪੂਰਾ ਮਾਮਲਾ ਕੀ ਹੈ? ਜੀ ਦੇਖੋ, 2023 ਦਾ ਮਾਮਲਾ ਦੱਸਿਆ ਜਾ ਰਿਹਾ, ਜਿਸ ਕਿ 170 ਦੇ ਕਰੀਬ ਫਰਜ਼ੀ ਐਨਓਸੀਆਂ ਲਗਾ ਕੇ ਪ੍ਰੋਪਰਟੀ ਡੀਲਰਸ ਵੱਲੋਂ ਤੇ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਰਜਿਸਟਰੀਆਂ ਕਰਵਾਈਆਂ ਗਈਆਂ ਸਨ, ਜਿਸ ਨੂੰ ਲੈ ਕੇ ਇੱਕ ਸਿੱਟ ਦਾ ਗਠਨ ਕੀਤਾ ਗਿਆ ਸੀ ਤੇ ਸਿੱਟ ਦੇ ਵਿੱਚ ਜਿਹੜੀ ਸਿੱਟ ਨੂੰ ਹੈਡ ਕਰਦੇ ਸਨ ਏਐਸਪੀ ਦਰਪਣ ਆਹਲੂਵਾਲੀਆ ਮੈਡਮ ਹੈਗੇ ਨੇ, ਉਹ ਇਹਨੂੰ ਸਿੱਟ ਨੂੰ ਹੈਡ ਕਰਦੇ ਸਨ। ਉਹਨਾਂ ਵੱਲੋਂ ਲਗਾਤਾਰ ਜਿਹੜਾ ਮਾਲ ਵਿਭਾਗ ਹੈਗਾ ਜ਼ੀਰਕਪੁਰ ਦਾ, ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ। ਲੈਟਰਸ ਵੀ ਇਸ਼ੂ ਕੀਤੇ ਗਏ ਨੇ ਕਿ ਸਾਨੂੰ ਜਿਹੜਾ ਰਿਕਾਰਡ ਹੈ 170 ਜਿਹੜੀ ਰਜਿਸਟਰੀਆਂ ਕਰਵਾਈਆਂ ਗਈਆਂ ਨੇ ਉਹਨਾਂ ਦਾ ਰਿਕਾਰਡ ਪੇਸ਼ ਕੀਤਾ ਜਾਏ, ਲੇਕਿਨ ਸੰਬੰਧਿਤ ਵਿਭਾਗ ਵੱਲੋਂ ਕਿਸੇ ਤਰੀਕੇ ਦਾ ਵੀ ਦਸਤਾਵੇਜ਼ ਇਹਨਾਂ ਨੂੰ ਮੁਹੱਈਆ ਨਹੀਂ ਕਰਵਾਏ ਗਏ। ਲੇਕਿਨ ਉਸ ਦੇ ਬਾਵਜੂਦ ਵੀ ਜਿਹੜੇ ਕਿ 4 ਆਰੋਪੀ ਜਿਹੜੇ ਇਸ ਮੁਕੱਦਮੇ 'ਚ ਬਣਾਏ ਗਏ ਹਨ, ਗੁਲਸ਼ਨ ਕੁਮਾਰ, ਸੁਰੇਸ਼ ਜੈਨ, ਰਿਤਿਕ ਤੇ ਵਿਦਿਆਨੰਦ ਠਾਕੁਰ, ਇਹਨਾਂ ਨੂੰ 420, 60, 68, 71 ਜਿਹੜੀ ਕਿ ਧਾਰਾਵਾਂ ਹੈਗੀਆਂ ਨੇ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਦੇ ਧਾਰਾਵਾਂ ਤਹਿਤ ਇਹਨਾਂ ਨੂੰ ਆਰੋਪੀ ਤੈਅ ਕਰਦੇ ਹੋਏ ਤੇ ਇਹਨਾਂ ਤੇ ਚਾਰਜਸ਼ੀਟ ਫਾਈਲ ਕਰ ਦਿੱਤੀ ਗਈ ਹੈ। ਲੇਕਿਨ ਇਸ ਇਨਕੁਆਇਰੀ ਦੇ ਵਿੱਚ ਇੱਕ ਪ੍ਰਸ਼ਨ ਚਿੰਨ ਉਸ ਵਕਤ ਉੱਠਦਾ ਹੈ ਕਿ ਜਦੋਂ ਕਿ ਇਹ ਐਨਓਸੀਜ਼ ਇਸ਼ੂ ਹੋਈਆਂ, ਜਦ ਕਿ ਰਜਿਸਟਰੀ ਹੁੰਦੀ ਹੈ, ਰਜਿਸਟਰੀ ਕਰਨ ਤੋਂ ਪਹਿਲਾਂ ਸਾਰੇ ਦਸਤਾਵੇਜ਼ ਜਿਹੜੇ ਕਿ ਸੰਬੰਧਿਤ ਵਿਭਾਗ ਵੱਲੋਂ ਖੰਗਾਲੇ ਜਾਂਦੇ ਨੇ ਤੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਂਦਾ ਹੈ। ਬਿਲਕੁਲ। ਤੇ ਲੇਕਿਨ ਇਹਨਾਂ ਰਜਿਸਟਰੀਆਂ ਨੂੰ ਤੇ ਬਿਨਾਂ ਵੈਰੀਫਾਈ ਕੀਤੇ ਰਜਿਸਟਰੀਆਂ 170 ਦੇ ਕਰੀਬ ਜਿਹੜੀਆਂ ਕਿ ਰਜਿਸਟਰੀਆਂ ਕੀਤੀਆਂ ਗਈਆਂ ਨੇ, ਜਿਸ ਕਿ 70 ਦਾ ਰਿਕਾਰਡ ਬਰਾਮਦ ਹੋ ਚੁੱਕਾ ਤੇ 70 ਦੇ ਵਿੱਚ ਇਹਨਾਂ 4 ਵਿਅਕਤੀਆਂ ਨੂੰ ਆਰੋਪੀ ਬਣਾਇਆ ਗਿਆ। ਲੇਕਿਨ ਇਹਦੇ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਆਰੋਪੀ ਨਹੀਂ ਬਣਾਇਆ ਗਿਆ, ਜੋ ਕਿ ਇਨਕੁਆਇਰੀ ਦੇ ਉੱਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਵੀ ਖੜਾ ਕਰਦੇ ਨੇ। ਠੀਕ ਹੈ, ਗੱਲ ਬਿਲਕੁਲ। ਮਨੀਸ਼, ਜਿਸ ਤਰ੍ਹਾਂ ਕਿ ਤੁਸੀਂ ਵੀ ਦੱਸਿਆ ਕਿ ਰਜਿਸਟਰੀ ਜਿਸ ਵੇਲੇ ਜ਼ਮੀਨ ਦੀ ਕੋਈ ਕਰਾਉਣੀ ਹੁੰਦੀ ਹੈ ਤੇ ਇੱਕ ਜ਼ਰੂਰੀ ਲਾਜ਼ਮੀ ਪ੍ਰਕਿਰਿਆ ਹੁੰਦੀ ਹੈ ਜਿਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਲੇਕਿਨ ਕੀ ਲੱਗਦਾ ਹੈ ਕਿ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ? ਜੀ ਬਿਲਕੁਲ, ਜਦੋਂ ਇਸ ਸੰਬੰਧੀ ਐਸਪੀ ਏਐਸਪੀ ਮੈਡਮ ਜਿਹੜੇ ਦਰਪਣ ਆਹਲੂਵਾਲੀਆ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਕੇਸ ਦੇ ਵਿੱਚ ਆਉਣ ਵਾਲੇ ਸਮੇਂ ਜਿਹੜੇ ਸਪਲੀਮੈਂਟਰੀ ਚਲਾਨ ਜਿਹੜੇ ਹੈਗੇ ਨੇ ਹੋਰ ਵੀ ਪੇਸ਼ ਕੀਤੇ ਜਾਣਗੇ, ਤੇ ਸੰਬੰਧਿਤ ਅਧਿਕਾਰੀ ਜਿਹੜੇ ਕਿ ਦਸਤਾਵੇਜ਼ ਨਹੀਂ ਪੇਸ਼ ਕਰ ਰਹੇ ਉਹਨਾਂ ਨੂੰ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਆਰੋਪੀ ਬਣਾ ਕੇ ਤੇ ਉਹਨਾਂ ਦੀ ਬਣਦੀ ਕਾਰਵਾਈ ਉਹਨਾਂ ਦੇ ਅਮਲ 'ਚ ਲਿਆਂਦੀ ਜਾਏਗੀ। ਜੀ ਜੀ, ਠੀਕ ਹੈ ਮਨੀਸ਼, ਬਹੁਤ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ।